بسم اللہ الرحمن الرحیم تمام دوست میرے بھائی میرے چ্যানেل کے سب دوستوں میری طرفوں السلام علیکم امید ہے سب دوست خیریت میں ہوں گے تو بھائی میرے پشاور شہر دا ڈرا ہے 200 بونڈ 16 تاریخ 9واں مہینہ سن 2024 نو جڑا ڈرا ہونا ہے نا اون دے واسطے اج دی ویڈیو فائنل ویڈیو اپنے دوستاں دے نال شیئر کرنی ہے انشاءاللہ اللہ نے چاہا تے میرے دوستاں نو پسند آسی کافی دوست نے یار جنہاں نے ਕਾਲ ਕਰਕੇ ਕਿਹਾ ਕਿ ਭਾਈ ਸ਼ਬੀਰ థਾਈਲੈਂਡ ਲੋਟਰੀ ਦੀ ਵੀਡੀਓ ਲਗਾਓ థਾਈਲੈਂਡ ਲੋਟਰੀ ਦੀ ਵੀਡੀਓ ਲਾਓ ਅੱਜ ਮੈਂ ਇੱਕ ਵੀਡੀਓ ਅੱਗੇ ਲਾਈ ਤੇ ਦੂਸਰੀ ਵੀਡੀਓ ਅੱਜ ਲਾਣ ਲੱਗਾ ਐ ਮੇਰੇ ਦੋਸਤਾਂ ਨੂੰ ਵਖਾ ਦੇਵਾ ਐ ਚੀਜ਼ ਤੇ ਐ ਪੀ ਕੇ ਪ੍ਰਾਈਜ਼ ਬੌਂਡ ਐ ਪੀ ਕੇ ਪ੍ਰਾਈਜ਼ ਬੌਂਡ ਪੀ ਕੇ ਲਿਖਣਾ ਵੱਡਾ ਪ੍ਰਾਈਜ਼ ਬੌਂਡ ਛੋਟਾ ਜੁੜਵਾ ਲਿਖਣਾ ਜੋੜ ਕੇ ਲਿਖਣਾ ਸਪੇਸ ਪ੍ਰਾਈਜ਼ ਤੇ ਬੌਂਡ ਵਿਚ ਸਪੇਸ ਨਹੀਂ ਦੇਣਾ ਐਪ ਪੀਕੇ ਪ੍ਰਾਈਜ਼ ਬੌਂਡ ਲਿਖਣਾ ਪਹਿਲੀ ਵੀਡੀਓ ਮੈਂ ਅਪਲੋਡਿੰਗ ਦਿੱਤੀ ਹੈ THAILAND LOTTERY ਦੀ THAI ਵਾਸਤੇ ਅਗਰ ਮੇਰੇ ਕਿਸੇ ਦੋਸਤ ਨੂੰ THAILAND ਦੀ ਗੇਮ ਚਾਹੀਦੀ ਹੈ ਤੇ ਐਸ ਮੇਰੇ ਚੈਨਲ ਤੇ PK PRIZE BOND ਲਿਖਣਾ ਤੇ ਥੋੜਾ ਜਿਹਾ ਥੱਲੇ ਕਰਕੇ ਆਏਗਾ ਮੇਰੀ ਆਪਣੀ ਪਿਕਚਰ ਲੱਗੀ ਹੋਈ ਹੁੰਦੇ ਤੇ DP ਤੇ ਤੇ ਉਹਦੇ ਤੇ THAILAND LOTTERY ਦੀ ਸਿੰਗਲ ਪੈਕੇਟ ਲਈਏ ਤੇ ਕੱਲ ਨੂੰ ਮੈਂ ਇਨਸ਼ਾਅੱਲਾ ਉਹਦੇ ਤੇ ਜਿਹੜਾ ਨਾ ਫਾਈਨਲ ਵੀਡੀਓ ਫਾਈਨਲ ਲਿੰਕ ਵੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ THAILAND LOTTERY ਦੇ PK प्राइस बॉन्ड ਇਹ ਯਾਦ ਰੱਖਣਾ ਮੇਰੇ ਦੋਸਤਾਂ ਮੇਰੇ ਭਾਈਆਂ ਨੇ ਤੇ S ਤੇ థਾਈਲੈਂਡ 로ਟਰੀ ਦੇ ਫਾਈਨਲ ਲਿੰਕ ਵੀ ਔਰ ਫਾਈਨਲ ਵੀਡੀਓ ਵੀ ਲਾਵਾਂਗਾ ਕਿਉਂਕਿ ਇੱਕ ਮੈਂ ਪੈਕਟ ਦੀ ਵੀਡੀਓ ਲਾਈਏ ਤੁਸੀਂ ਉਹਦੇ ਤੇ ਚਲੇ ਜਾਣਾ ਜਾ ਕੇ ਪੈਕਟ ਵੇਖਣੀ ਹੈ ਕਿ ਬੜੇ ਪਿਆਰੇ ਐਂਗਲ ਦੇ ਨਾਲ ਸਿੰਗਲ ਪੈਕਟ ਦੀ ਵੀਡੀਓ ਲਾਈਏ ਅੱਜ ਦੀ ਫਾਈਨਲ ਵੀਡੀਓ ਜਿਹੜੀ ਕਿ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਹੈ ਸਿੰਗਲ ਆਕੜਾ ਦੋ ਸੈਂਟਰ ਇੱਕ ਹੀ ਚੌਥਾ ਫਿਗਰ ਹੈ ਮੈਂ ਯਾਰ ਤਬੀਅਤ ਠੀਕ ਨਹੀਂ ਸੀ ਤੇ ਨਜ਼ਰ ਮਾਰੀ ਹੈ ਮੇਰੀ ਸਮਝ ਵਿੱਚ ਆਇਆ ਕਿ ਯਾਰ ਨਾ ਬੜਾ ਅੱਛਾ ਸੈਟਅਪ ਬਣਿਆ ਖੜਾ ਹੈ ਤੇ ਮੈਂ ਆਪਣੇ ਦੋਸਤਾਂ ਦੀ ਨਜ਼ਰ ਕਰ ਦਵਾਂ ਲਾਸਟ ਤੇ ਫਾਈਨਲ ਵੀਡੀਓ ਫਾਈਨਲ ਲਿੰਕ ਵੀ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਵਾਂ ਤੇ ਥਾਈਲੈਂਡ ਲਾਟਰੀ ਦੇ ਬਾਰੇ ਵੀ ਦੱਸ ਦੇਵਾਂ ਆਪਣੇ ਦੋਸਤਾਂ ਨੂੰ ਕਿ ਯਾਰ ਅਗਰ ਕੋਈ ਦੋਸਤ ਖੇਲਣਾ ਚਾਹੁੰਦਾ ਹੈ ਜਿਹੜੇ ਮੈਨੂੰ ਦੋਸਤ ਫੋਨ ਕਰਦੇ ਨੇ ਮੈਂ ਉਹਨਾਂ ਵਾਸਤੇ ਆਪਣੇ ਦੋਸਤਾਂ ਵਾਸਤੇ ਉੱਥੇ ਵੀਡੀਓ ਲਾ ਦਿੱਤੀ ਹੈ ਤੇ ਲਾਈਕ ਵੀ ਜ਼ਰੂਰ ਕਰਿਆ ਜੇ ਉਹਨੂੰ ਜਾ ਕੇ ਯਾਰ ਤੇ ਵੀਡੀਓ ਪੂਰੀ ਵੇਖੇ ਜੇ ਮਿਹਰਬਾਨੀ ਮੇਰੇ ਦੋਸਤਾਂ ਮੇਰੇ ਭਾਈਆਂ ਦੀ ਯਾਰ ਨਾ 1500 ਬੌਂਡ ਦੇ 42 ਦਾ ਆਕੜਾ ਲੱਗਿਆ ਹੋਵੇ ਤੇ ਲੱਗਿਆ ਵੀ 3 8 ਦੇ ਫਿਗਰ ਨਾਲ ਹੀ ਹੋਵੇ ਬੜਾ ਪਿਆਰਾ ਐਂਗਲ ਹੈ ਯਾਰ ਬਹੁਤ ਜ਼ਬਰਦਸਤ ਐਂਗਲ ਹੈ ਇਹਨੂੰ ਤਵੱਜਹ ਨਾਲ ਦੇਖਣੇ ਮੇਰੇ ਦੋਸਤਾਂ ਨੇ ਫੇਰ ਆ ਕੇ ਯਾਰ 42 ਦਾ ਆਕੜਾ ਲੱਗਿਆ ਐਤ ਲੱਗਿਆ ਵੀ 3 8 ਨਾਲੇ ਯਾਰ ਉਸ ਤੋਂ ਬਾਅਦ 42 ਭਾਈ ਕਿਤੇ ਵੀ ਨਹੀਂ ਲੱਗਿਆ ਅੱਜ ਇਹ ਲੱਗਿਆ ਖੜਾ ਹੈ 42 ਸਾਲ ਦੀ ਦੂਸਰੀ ਪੱਟੀ ਤੇ ਐ ਯਾਰ ਨਾ 1500 ਬੌਂਡ ਦੇ ਵਿੱਚ 42 ਦਾ ਆਕੜਾ ਜਿੱਥੇ ਵੀ ਲੱਗ ਜਾਵੇ ਐ ਲੱਗਿਆ ਗਾਲਵਨ ਪਹਿਲੀ ਦਫਾ ਫਿਰ ਆ ਕੇ ਜਨਾਬ 42 ਦਾ ਆਕੜਾ ਤੁਸੀਂ ਵੇਖਣਾ 42 ਦਾ ਆਕੜਾ ਐ ਲੱਗ ਗਿਆ ਪਿਸ਼ਾ ਨਿਸ਼ਾਨੀ ਲਾਤੀ ਆਪਾਂ ਅੱਜ ਮੌਜੂਦਾ ਲੱਗਾ ਖੜਾ ਯਾਰ ਇਸ ਤੋਂ ਪਿਸ਼ਾ 42 ਹੋਰ ਕਿਤੇ ਵੀ ਨਹੀਂ ਆਇਆ ਐ ਲੱਗਾ ਖੜਾ ਔਰ ਲੱਗਾ ਵੀ ਤਿੰਨ ਅੱਠ ਤੇ ਫਿਗਰ ਨਾਲ ਖੜਾ ਇਹ ਸਭ ਤੋਂ ਪਹਿਲੀ ਵਾਰ ਯਾਰ ਜਦੋਂ 42 ਲੱਗਿਆ ਨਾ ਇਹ 42 ਲੱਗੇ ਉਹਦੇ ਸਾਹਮਣੇ ਆਪਾਂ ਜਾਣਿਆ 12 ਦਾ ਅਕੜਾ ਪਿਆ ਸੀ ਇਹੀ 12 ਦਾ ਅਕੜਾ ਥੱਲੇ ਡਿੱਗਿਆ ਯਾਰ ਇਹ ਇਹ 42 ਲੱਗਿਆ ਇਹਦੇ ਸਾਹਮਣੇ ਜਾਵਾਂਗੇ ਉੱਤੇ 12 ਦਾ ਅਕੜਾ ਪਿਆ ਸੀ ਤੇ ਇਹੀ ਅਕੜਾ ਥੱਲੇ ਡਿੱਗਣਾ ਸੀ ਯਾਰ ਤੇ ਇਹ ਡਿੱਗ ਪੈਂਦਾ ਹੈ 12 ਦਾ ਅਕੜਾ ਦੁਬਾਰਾ ਆ ਕੇ 42 ਲੱਗੇ ਉਹਦੇ ਸਾਹਮਣੇ ਜਾਵਾਂਗੇ ਉੱਤੇ 70 ਪਿਆ ਸੀ ਯਾਰ ਇਹ 70 ਹੀ ਥੱਲੇ ਡਿੱਗਣਾ ਸੀ ਯਾਰ ਤੇ ਇਹ ਡਿੱਗ ਪੈਂਦਾ ਹੈ ਜਦੋਂ 42 ਦਾ ਅਕੜਾ ਲੱਗ ਜਾਵੇ ਤੇ ਸਾਹਮਣੇ ਜਾਣਾ ਉੱਤੇ 12 ਸੀ ਇਹੀ 12 ਥੱਲੇ ਡਿੱ ਗਿਆ ਫੇਰ ਯਾਰ 42 ਦੇ ਸਾਹਮਣੇ ਜਾਵਾਂਗੇ ਉੱਤੇ 70 ਸੀ ਤੇ ਇਹੀ 70 ਥੱਲੇ ਡਿੱ ਗਿਆ ਯਾਰ ਅੱਜ ਯਾਰ ਨਾ ਇਹਦੇ 42 ਦੇ ਸਾਹਮਣੇ ਇਹ 60 ਦਾ ਅਕੜਾ ਲੱਗਾ ਖੜਾ ਹੈ ਇਹ ਲੱਗਣ ਵਾਸਤੇ ਖੜਾ ਯਾਰ ਕਿ ਮੈਨੂੰ ਇਹਦੇ ਥੱਲੇ ਉਤਾਰ ਲਓ ਲੇਕਿਨ ਸੈਕਿੰਡ ਫਸਟ ਮੇਰੇ ਦੋਸਤਾਂ ਨੇ ਖੇਡਣਾ ਹੈ ਤੇ ਇੱਕ ਹੀ ਅਕੜਾ ਯਾਰ ਤੇ ਦੋ ਸੈਂਟਰ ਨੇ ਇੱਕ ਹੀ ਚੌਥਾ ਫਿੰਗਰ ਜਿਹੜਾ ਕਿ ਮੈਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਹੈ ਸਿੰਗਲ ਅਕੜਾ ਯਾਰ 60 ਦਾ ਕਹਿੰਦਾ ਕਿ 60 ਲੱਗਿਆ ਖੜਾ ਹੈ ਇਹ 60 ਥੱਲੇ ਡਿੱਗਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਪਿਛਾ ਡਿੱਗਦਾ ਆ ਰਿਹਾ ਹੈ ਇਹ ਸਿੰਗਲ ਆਕੜਾ ਯਾਰ 60 ਦਾ ਅਗਰ ਕਿਸੇ ਦੋਸਤ ਇਸ ਸਮਝ ਆਵੇ ਤੇ ਇਹਨੂੰ ਆਪਣੀ ਗੇਮ ਚ ਸ਼ਾਮਲ ਕਰਨਾ ਹੈ ਆਦਰਵਾਇਜ਼ ਇਗਨੋਰ ਕਰ ਦੇਣਾ ਛੋੜ ਦੇਣਾ ਹੈ ਸਿੰਗਲ ਆਕੜਾ ਔਰ ਦੋ ਬੈਕਾਂ ਨੇ ਜਿਹੜੀਆਂ ਕਿ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਲੱਗਿਆ ਇਥੋਂ ਹੀ ਇਸੇ ਐਂਗਲ ਤੋਂ ਹੀ ਯਾਰ ਜਦੋਂ ਪਹਿਲੀ ਦਫਾ ਲੱਗਿਆ ਨਾ ਇਹ 42 ਦੇ ਸਾਹਮਣੇ ਜਾਵਾਂਗੇ ਤੇ ਉੱਤੇ ਸੈਂਟਰ ਲੱਗਿਆ ਖੜਾ ਸੀ 6 6 ਦੀ ਬਾਕੀ 6 ਦੀ ਬਾਕੀ ਲੈਣੀ ਹੈ 6 ਦੀ ਬਾਕੀ 4 4 9 ਦਾ ਥੱਲੇ ਸੈਂਟਰ ਲੱਗਣਾ ਸੀ ਯਾਰ ਤੇ ਇਹ ਲੱਗ ਜਾਂਦਾ ਚੌਕਾ ਇਹ 6 ਦੀ ਬਾਕੀ 4 ਹੈ 4 9 ਦਾ ਸੈਂਟਰ ਲੱਗਣਾ ਸੀ ਯਾਰ ਤੇ ਇਹ ਲੱਗ ਜਾਂਦਾ 12 4 ਦਾ ਪੈਕਟ ਦੁਬਾਰਾ ਆ ਕੇ ਯਾਰ ਜਦੋਂ 87 ਲੱਗਿਆ ਉੱਤੇ ਸੈਂਟਰ 4 ਦਾ ਪਿਆ ਸੀ 4 ਦੀ ਬਾਕੀ ਸੀ 6 6 ਕ ਦਾ ਸੈਂਟਰ ਵੀ ਨਾਲ ਲੱਗਣਾ ਸੀ 77 ਦੇ ਆਕੜੇ ਨਾਲ ਤੇ ਇਹ ਲੱਗ ਜਾਂਦਾ ਅੱਜ ਯਾਰ ਉੱਤੇ ਸੈਂਟਰ 5 ਲੱਗਾ ਖਲਾ 5 ਦੀ ਬਾਕੀ 5 ਹੀ ਹੁੰਦੇ ਮੇਰੇ ਦੋਸਤਾਂ ਨੂੰ ਪਤਾ ਹੈ ਕਹਿੰਦਾ ਕਿ 0.5 ਦਾ ਸੈਂਟਰ ਲਾ ਲਓ ਇਹ ਜੀ ਆਪਣੇ ਕੋਲੇ ਸੈਂਟਰ ਹੈ 0.5 ਦਾ ਇਹ ਆਪਣੇ ਕੋਲੇ ਦੋ ਸੈਂਟਰ ਨੇ ਯਾਰ ਸਿੰਗਲ ਚੌਥਾ ਫਿੰਗਰ ਵੀ ਇਤੋ ਹੀ ਲੱਗਦਾ ਆ ਰਿਹਾ ਯਾਰ ਅਗਰ ਮੇਰੇ ਦੋਸਤਾਂ ਨੂੰ ਸਮਝ ਆਵੇ ਇਹ ਸੈੱਟ ਦੀ ਤਾਂ ਆਪਣੀ ਗੇਮ ਚ ਸ਼ਾਮਲ ਕਰਨਾ ਹੈ ਅਦਰਵਾਇਜ਼ ਇਗਨੋਰ ਕਰ ਦੇਣਾ ਛੋੜ ਦੇਣਾ ਐ 42 ਲੱਗਾ ਯਾਰ ਉੱਤੇ ਚੌਕਾ ਪਿਆ ਸੀ ਇਹੀ ਚੌਕਾ ਥੱਲੇ ਡਿੱਗ ਗਿਆ ਯਾਰ 12 ਦਾ ਅਕੜਾ ਵੀ ਥੱਲੇ ਡਿੱਗਿਆ ਚੌਕਾ ਵੀ ਥੱਲੇ ਡਿੱਗਿਆ ਸੈਂਟਰ ਦੀ ਬਾਕੀ ਯਾ ਉਹਦਾ ਘਰ ਇਹ ਪੂਰੀ ਪੀਸੀ ਲੱਗੀ ਯਾਰ ਪਹਿਲੀ ਦਫਾ ਫਿਰ ਆ ਕੇ ਯਾਰ ਜਦੋਂ ਦੁਬਾਰਾ ਐਂਗਲ ਬਣਿਆ ਇਹੀ ਚੌਕਾ ਪਿਆ ਸੀ ਇਹੀ ਚੌਕਾ ਥੱਲੇ ਡਿੱਗਿਆ ਯਾਰ ਤੇ 4 ਦੀ ਬਾਕੀ 6 1 6 ਦਾ ਸੈਂਟਰ ਦੇ ਨਾਲ ਚੌਥਾ ਵੀ 4 ਦਾ ਲੱਗਣਾ ਸੀ ਇਹ 70 ਨੇ ਵੀ ਥੱਲੇ ਡਿੱਗਣਾ ਸੀ ਡਿੱਗਿਆ ਯਾਰ ਜਿਸ ਤਰੀਕੇ ਨਾਲ ਇਹ 12 ਦਾ ਅਕੜਾ ਸੀ ਇਹ 4 ਦਾ ਫਿਗਰ ਚੌਥਾ ਸੀ ਇਹ 12 ਥੱਲੇ ਡਿੱਗਿਆ ਥੱਲੇ ਚੌਕਾ ਵੀ ਥੱਲੇ ਹੀ ਆਇਆ ਹੈ ਫੇਰ ਯਾਰ ਜਦੋਂ 70 ਦਾ ਆਕੜਾ ਸੀ ਚੌਕਾ ਚੌਥਾ ਫਿੰਗਰ ਇਹ ਵੀ ਡਿੱਗ ਗਿਆ ਤੇ 70 ਦਾ ਆਕੜਾ ਵੀ ਥੱਲੇ ਡਿੱਗਣਾ ਸੀ ਅੱਜ ਯਾਰ ਸਾਡੇ ਕੋਲ ਪੀਸੀ ਲੱਗੀ ਖਲੀ ਏ 60 52 ਦੀ ਕਹਿੰਦਾ ਕਿ 60 ਦਾ ਆਕੜਾ ਵੀ ਥੱਲੇ ਲਾ ਚੌਥਾ ਫਿੰਗਰ ਸਿੰਗਲ 2 ਦਾ ਲਾ ਤੇ ਯਾਰ ਇਹ ਲੱਗੇ ਹੋਏ ਪੰਗੂੜੇ ਵੀ ਲੱਗ ਜਾਂਦੇ ਨੇ ਮੇਰੇ ਦੋਸਤਾਂ ਨੂੰ ਪਤਾ ਯਾਰ ਇੱਕ ਰੂਟ ਹੈਗਾ ਸੀ ਛੋਟਾ ਜਿਹਾ ਐਂਗਲ ਏ ਤੇ ਹੈ ਬਹੁਤ ਜ਼ਬਰਦਸਤ ਅਗਰ ਮੇਰੇ ਦੋਸਤਾਂ ਨੂੰ ਇਹਦੀ ਸਮਝ ਆਵੇ ਤੇ ਉਹਨੂੰ ਆਪਣੀ ਗੇਮ ਚ ਸ਼ਾਮਲ ਕਰਨਾ ਹੈ ਅਦਰਵਾਇਜ਼ ਇਗਨੋਰ ਕਰ ਦੇਣਾ ਛੋੜ ਦੇਣਾ ਇਹ ਕੈ ਪੈਕੇਟ ਹੈ ਯਾਰ ਇੱਕ ਪੈਕੇਟ ਹੈ ਬਈ ਮੇਰੇ 605 ਦੀ ਇੱਕ ਪੀਸੀ ਬੰਦੀ ਹੈ ਬਈ 60 02 ਇੱਕ ਪੀਸੀ ਬੰਦੀ ਹੈ 6052 ਕਿਉਂਕਿ ਲੱਗਾ ਪੰਘੂੜਾ ਵੀ ਲੱਗ ਸਕਦਾ ਹੈ ਤੇ ਬੜੇ ਅੱਛੇ ਪੋਜੀਸ਼ਨ ਚ ਆਇਆ ਖੜਾ ਯਾਰ ਇਹ ਦੋ ਪੰਘੂੜੇ ਨੇ ਤੇ ਦੋ ਹੀ ਪੈਕਟਾ ਨੇ ਅਗਰ ਕਿਸੇ ਦੋਸਤ ਦੀ ਸਮਝ ਆ ਜਾਵਨ ਤੇ ਇਹਨਾਂ ਨੂੰ ਪਲੇ ਕਰਨਾ ਹੈ ਅਦਰਵਾਇਜ਼ ਇਗਨੋਰ ਕਰ ਦੇਣਾ ਹੈ ਮੈਨੂੰ ਜਿਹੜੀ ਪਸੰਦ ਹੈ ਮੈਂ ਕੱਲੀ ਲਿਖਾਂਗਾ ਪੈਕਟ ਯਾਰ ਜਿਹੜੀ ਕਿ ਮੈਨੂੰ ਇਸ ਐਂਗਲ ਚੋਂ ਪਸੰਦ ਹੈ ਅਗਰ ਮੇਰੇ ਦੋਸਤਾਂ ਨੂੰ ਪਸੰਦ ਹੋਵੇ ਤੇ ਇਹਨੂੰ ਆਪਣੀ ਗੇਮ 'ਚ ਸ਼ਾਮਿਲ ਕਰਨਾ ਹੈ ਅਦਰਵਾਇਜ਼ ਇਗਨੋਰ ਕਰਨਾ ਹੈ ਛੋੜ ਦੇਣਾ ਹੈ ਇਹ ਸਿੰਗਲ ਪੈਕਟ ਹੈ ਯਾਰ ਮੇਰੇ ਕੋਲੇ ਰੂਟ ਦੇ ਮੁਤਾਬਕ ਕੋਈ ਦੋਸਤ ਵੀ ਯਾਰ ਨਾ ਮੈਂ ਆਪਣੇ ਦੋਸਤਾਂ ਨੂੰ ਦੱਸ ਦਵਾਂ ਕਿ ਮੈਂ ਆਪਣੀ ਜਿਹੜੀ ਜੋ ਚੀਜ਼ ਮੇਰੇ ਕੋਲ ਹੈ ਨਾ ਮੈਂ ਆਪਣੇ ਦੋਸਤਾਂ ਸਾਹਮਣੇ ਰੱਖ ਦਿੱਤੀ ਸੀ ਸਿੰਗਲ ਆਕੜਾ ਮੈਂ ਆਪਣੇ ਦੋਸਤਾਂ ਨੂੰ ਦੱਸਿਆ ਸੀ ਉਹ ਮੈਂ ਲਾ ਦੇਣਾ ਫਰਸਟ ਲੱਗੇ ਜਾਂ ਸੈਕੰਡ ਲੱਗੇ ਇਹ ਅੱਲਾਹ ਦੀ ਜ਼ਾਤ ਬਿਹਤਰ ਜਾਣਦੀ ਏ ਮੈਂ ਇਹ ਆਕੜਾ ਸਿੰਗਲ ਸੈਕੰਡ ਲੱਗੇ ਜਾਂ ਫਰਸਟ ਲੱਗੇ ਇਹਨੇ ਲੱਗਣਾ ਹੈ ਤੇ ਜਾਨ ਛੁੱਟਣੀ ਹੈ ਬੌਂਡ ਦੀ ਇਹ ਰੂਟ ਕਹਿ ਰਿਹਾ ਹੈ ਗਾਇਬ ਦੀਮਤ ਅੱਲਾਹ ਦੀ ਜ਼ਾਤ ਕੋਲੇ ਯਾਰ ਪਿਛਲੀ ਦਫਾ ਮੈਂ ਆਕੜੇ ਕਹਿ ਸੀ ਬੀਟ ਹੋਏ ਮੇਰੇ ਦੋਸਤਾਂ ਨੂੰ ਪਤਾ ਹੈ ਇਹ 49 ਦਾ ਆਕੜਾ ਹੈ ਮੇਰੇ ਕੋਲੇ ਸਿੰਗਲ ਆਕੜਾ ਜਿਹੜਾ ਕਿ ਮੈਂ ਆਪਣੇ ਦੋਸਤਾਂ ਨੂੰ ਆਪਣੇ ਕੋਲੇ ਪਲੇ ਕਰਵਾਉਣਾ ਸੀ ਲੇਕਿਨ ਪਿਛਲੀ ਦਫਾ ਨੁਕਸਾਨ ਹੋਇਆ ਮੇਰੇ ਦੋਸਤਾਂ ਮੇਰੇ ਭਾਈਆਂ ਦਾ ਤੇ ਮੈਂ ਆਪਣੇ ਦੋਸਤਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਆਕੜਾ ਦੇਵਾਂਗਾ ਆਪਣੇ ਦੋਸਤਾਂ ਨੂੰ ਫਾਈਨਲ ਵੀਡੀਓ ਦੇ ਵਿੱਚ ਇਹ ਸਿੰਗਲ ਆਕੜਾ ਯਾਰ ਇਹ ਇੱਕ ਆਕੜਾ ਇੱਕ ਪੈਕਟ ਇੱਕ ਪੀਸੀ ਅਫਸਰ ਦੇ ਵਿੱਚ ਯਾਰ ਇਹ ਪੀਸੀ ਤੇ ਇਹ ਪੈਕਟ ਲਾਜ਼ਮੀ ਖੇਡਣੀ ਮੇਰੇ ਦੋਸਤਾਂ ਨੇ ਬਾਤ ਇਹ ਨਹੀਂ ਕਹਿਣਾ ਕਿ ਸ਼ਬੀਰ ਭਾਈ ਤੁਸੀਂ ਟਾਰਗੇਟ 'ਚ ਇਹ ਰੱਖੀ ਸੀ ਕਿਉਂਕਿ ਇਹ ਟਾਰਗੇਟ ਹੈਗਾ ਇਹ ਆਫਸੈਟ لازਮੀ ਮੇਰੇ ਦੋਸਤਾਂ ਨੇ ਪਲੇ ਕਰਨੀ ਯਾਰ ਦੋ ਪੀਸੀਆਂ ਨੇ ਦੋ ਪੈਕਟਾਂ ਨੇ ਐਮ ਐਥ ਸ਼ਾਰਟਕਟ ਹੀ ਗੇਮ ਬਣਾਈ ਏ ਮੇਰੇ ਦੋਸਤਾਂ ਨੂੰ ਪਤਾ ਹੈ ਐਮ ਇਹ ਆਕੜਾ ਆਪਣੇ ਦੋਸਤਾਂ ਨਾਲ ਵਾਦਾ ਕੀਤਾ ਸੀ ਕਿ ਯਾਰ ਮੈਂ ਲਾਸਟ ਦਿਨ ਆਕੜਾ ਰੱਖਾਂਗਾ 49 ਦਾ ਆਕੜਾ ਮੈਨੂੰ ਬਹੁਤ ਪਸੰਦ ਏ ਸੈਕਿੰਡ ਲੱਗੇ ਜਾਂ ਫਰਸਟ ਲੱਗੇ ਲੱਗੇਗਾ ਜ਼ਰੂਰ ਇਨਸ਼ਾਅੱਲਾ ਅੱਲਾ ਨੇ ਚਾਇਆ ਤੇ ਗੈਬਦਿਲ ਅੰਤਾ ਅੱਲਾ ਦੀ ਜ਼ਾਤ ਕੋ ਲੈਣਾ ਮੇਰਾ ਕੰਮੇ ਕੋਸ਼ਿਸ਼ ਕਰਨਾ ਰਿਸਰਚ ਕਰਨਾ ਐ ਮੇਰੇ ਫਾਈਨਲ ਲਿੰਕ ਨੇ ਯਾਰ ਅੱਲਾ ਪਾਕ ਨੇ ਚਾਇਆ ਤੇ ਇਸ ਲਿੰਕਾਂ ਤੋਂ ਬਗੈਰ ਫਰਸਟ ਡਰਾ ਨਹੀਂ ਹੋਣਾ ਜੇ ਐ ਲਿੰਕ ਅਗੇ ਚਾਰ ਛੇ ਇੱਕ ਅੱਠ ਇਹਦੇ ਤੋਂ ਬਗੈਰ ਫਸਟ ਡਰਾ ਨਹੀਂ ਹੋਣਾ ਚਾਹੀਦਾ ਮੇਰੀ ਕੈਲਕੂਲੇਸ਼ਨ ਦੇ ਮੁਤਾਬਕ ਜਾਂ ਮੇਰੇ ਰੂਟ ਦੇ ਮੁਤਾਬਕ ਨਾ ਐ ਡਰਾ ਇਸ ਤੋਂ ਬਗੈਰ ਨਹੀਂ ਹੋਣਾ ਜੇ ਅੱਲਾ ਨੇ ਚਾਹਿਆ ਤੇ ਕੋਈ ਦੋਸਤ ਥਾਈਲੈਂਡ ਲੋਟਰੀ ਦੀ ਗੇਮ ਖੇਡਣਾ ਚਾਹਵੇ ਤੇ ਪੀ ਕੇ ਪ੍ਰਾਈਸ ਬੌਂਡ ਇਹ ਲਿਖਣਾ ਥਾਈਲੈਂਡ ਲੋਟਰੀ ਵਾਸਤੇ ਸਿੰਗਲ ਪੈਕਟ ਲਾਈਏ ਫਾਈਨਲ ਵੀਡੀਓ ਵੀ ਇਹਦੇ ਤਲਾਣੀ ਹੈ ਇੱਕ ਵਾਰ ਤਾਂ ਸਿੰਗਲ ਪੈਕਟ ਲਾਈਏ ਨਾ ਤੇ ਫਾਈਨਲ ਵੀਡੀਓ ਸਵੇਰ ਇਨਸ਼ਾਅੱਲਾ ਅੱਲਾ ਦੇ ਕੋਲ ਨਾਲ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਾਂਗਾ ਉਹਦੇ ਥਾਈਲੈਂਡ ਲੋਟਰੀ ਦੀ ਫਾਈਨਲ ਵੀਡੀਓ ਫਾਈਨਲ ਲਿੰਕ ਵੀ ਦੇਵਾਂਗਾ ਇਹਨਾਂ ਲਿੰਕਾਂ ਤੋਂ ਬਗੈਰ ਫਰਸਟ ਡਰਾ ਨਹੀਂ ਹੋਣਾ ਜੀ ਯਾਰ ਅੱਲਾ ਨੇ ਚਾਹ ਤੇ ਇਹਨਾਂ ਲਿੰਕਾਂ ਤੋਂ ਬਗੈਰ ਨਹੀਂ ਹੋਏਗੀ ਫਿਰ ਪਾਕਿਸਤਾਨੀ ਬੌਂਡ ਹੈ ਅਗਰ ਕੋਈ ਅਗਾ ਪਿਛਾ ਹੋਗਾ ਤਾਂ ਉਹਦਾ ਕੋਈ ਮੈਂ ਕੁਝ ਕਹਿ ਨਹੀਂ ਸਕਦਾ ਲੇਕਿਨ ਮੇਰੇ ਕੋਲੇ ਫਾਈਨਲ ਗੇਮ ਜੋ ਹੈਗੀ ਇਹ ਦੋ ਵੀਡੀਓ ਲਾਈਆਂ ਨੇ ਮੈਂ ਇਹ ਦੋਸਤਾਂ ਨੂੰ ਮੈਂ ਆਕੜਾ ਦੇਣਾ ਸੀ ਜਿਹੜਾ ਕਿ ਮੈਂ ਕਹਿਣਾ ਸੀ ਮੇਰੇ ਕੋਲੇ ਪਲੇ ਕਰੋ ਲੇਕਿਨ ਮੈਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿੱਤਾ ਹੈ ਅੱਲਾ ਨੇ ਚਾਹ ਤੇ ਯਾਰ ਇਹ ਆਕੜੇ ਦੇ ਵਿੱਚ ਕੁਝ ਨਾ ਕੁਝ ਤੁਹਾਨੂੰ ਨਜ਼ਰ ਜ਼ਰੂਰ ਆਏਗਾ ਤੇ ਮੇਰੀ ਦੁਆ ਹੈ ਕਿ ਯਾਰ ਅੱਲਾ ਪਾਕ ਜੋ ਵੀ ਦੋਸਤ ਪੈਸੇ ਲਾਂਦਾ ਯਾਰ ਉਹਦੇ ਜ਼ਾਇਆ ਨਹੀਂ ਜਾਣੇ ਚਾਹੀਦੇ ਕੋਸ਼ਿਸ਼ ਹੈਗੀ ਹੈ ਅੱਲਾ ਨੇ ਚਾਹ ਤਾਂ ਪੂਰੀ ਵੀ ਹੋਏਗੀ ਪੀਕੇ ਪ੍ਰਾਈਸ ਬੌਂਡ ਯਾਦ ਰੱਖਣਾ ਮੇਰੇ ਦੋਸਤਾਂ ਨੇ ਥੋੜਾ ਜਿਹਾ ਥੱਲੇ ਜਾ ਕੇ ਆਏਗਾ ਕਿਉਂਕਿ ਇੱਕੋ ਵੀਡੀਓ ਇੰਨੇ ਤਲਾਈ ਹੈ ਜੇ ਸਰਚਿੰਗ ਚ ਨਹੀਂ ਅਗਾ ਜੇ ਇਹ ਮੇਰੀ ਟੋਟਲ ਗੇਮ ਹੈ ਸਕਰੀਨਸ਼ਾਟ ਲੈ ਲਓ ਜੋ ਦੋਸਤ ਵੀ ਗੇਮ ਦਾ ਸ਼ੌਕ ਰੱਖਦਾ ਹੈ ਸਕਰੀਨਸ਼ਾਟ ਲੈ ਲਓ ਤੇ ਬਾਤ ਨਹੀਂ ਕਹਿਣਾ ਮੇਰੇ ਦੋਸਤਾਂ ਨੇ ਕਿ ਯਾਰ ਤੁਸੀਂ ਰੱਖਿਆ ਨੇ ਅਫਸੈਟ ਵਿੱਚ ਅਫਸੈਟ ਵੀ ਖੇਡਣਾ ਜ਼ਰੂਰੀ ਹੈ ਪੀਸੀ ਤੇ ਪੈਕੇਟ ਛੇ ਸੌ ਪੂਰਾ ਛੇ ਸੌ ਦੋ ਇਹ ਲਾਜ਼ਮੀ ਮੇਰੇ ਦੋਸਤਾਂ ਨੇ ਥੋੜੀ ਥੋੜੀ ਪਲੇ ਕਰਾਣੀ ਹੈ ਤੇ ਜਦੋਂ ਪੀਸੀ ਤੇ ਗੱਲ ਆ ਜਾਂਦੀ ਯਾਰ ਇਹ ਤਾਂ ਥੋੜੇ ਜਿਹਾ ਪੈਸਿਆਂ ਨਾਲ ਵੀ ਲੱਗੀ ਹੋਵੇ ਤਾਂ ਅੱਛਾ ਖਾਸਾ ਨਾਮ ਮਿਲ ਜਾਂਦਾ ਹੈ ਇਹ ਮੇਰਾ ਟਾਰਗੇਟ ਹੈ ਯਾਰ ਗੇਮ ਹੈਗੀ ਹੈ ਜਿਹੜੀ ਕਿ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਤੀ ਇਹ ਮੇਰੇ ਫਾਈਨਲ ਲਿੰਕ ਨੇ ਅੱਲਾ ਨੇ ਚਾਹ ਤੇ ਇਹਨਾਂ ਲਿੰਕਾਂ ਤੋਂ ਬਗੈਰ ਫਸਟ ਡਰਾ ਨਹੀਂ ਹੋਣਾ ਤੇ ਇਨਸ਼ਾਅੱਲਾ ਅਗਲੀ ਵੀਡੀਓ ਥਾਈਲੈਂਡ ਲੋਟਰੀ ਦੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਉਹਨਾਂ ਤੱਕ ਇਜਾਜ਼ਤ ਦਿਓ ਅੱਲਾ ਹਾਫਿਜ਼